जाने चाचरी चप्पल नहीं मिली है जी। आप चले दुध लैन, दुध लैन नहीं पहले चले बाजार सब्जी लियानी है, सब्जी तो फ्रूट लियाने थोड़े जे, फिर चलने दुध लैन। तुम कर लना चप्पल, चप्पल वो कितने वाली थोड़ी सुख। चलो चलिए फिर Let's go। सब्जियां ही सब्जियां, टमाटर एक डे वधिया लगन दे, साफ सुथरे जे। खीरे बताऊं, बैंगन, शिमला, लौकी, कद्दू, आ की है टिंडे। गाइस सत श्री अकाल, वेलकम बैक टू माय न्यू वीडियो। सो गाइस होप करते हो सारे वधिया होवोगे, तो मैं भी बिल्कुल वधिया वा। तो अज सवेर दे आपां किते गए ही बाजार, तो इस करके ज़्यादा वीडियो नहीं बना पा, चलते हैं कितने घूमन फिरन, तो बाजार चलते हैं। तो तुम वीडियो में लाइक कर दो, चैनल में सबसक्राइब कर लियो, तो चलो फिर चलते हैं। परफ्यूम किन्ने दे पए? 450 दे। 450 दे ओके, इसका बड़ा महंगा हो गया। ओ क्यों? 275 दा एक सेम कला है। सेम की मतलब वखो वख लियाई दे आ। हा हा ਉਹ ਹੁਣੇ ਹੀ ਪਾਈ ਜਾਣਨਾ ਤਾਂ ਪੂਰ ਚੰਮਣ ਦਿੰਦੇ ਨੇ ਯਾਰ। ਤੇ ਮਿੱਠਾ ਮਿੱਠਾ ਜਾ ਇਹ ਜੋਗਾ ਮੈਟ, ਤੇ ਇਹ ਕਿੰਨੇ ਕਰਨਾ? ਮੈਨੂੰ ਹੀ ਕਰਨਾ ਪੈਣਾ। ਨਹੀਂ ਨਹੀਂ ਉਹਨੇ ਕਰਨਾ, ਵਿਸ਼ਾਹਾਂ ਖੋਲ ਲੈਨੂੰ। ਅਜੇ ਤੇ ਹੁਣ ਅਸੀਂ ਚੱਲੇ ਆ, ਜਰਾ ਕਿ ਐਲਈਡੀ ਖਰਾਬ ਹੋਈ ਆਪਣੀ, ਉਹ ਸਹੀ ਕਰਾਣੀ ਦਿੱਤੀ ਆ, ਤੇ ਤੁਹਾਨੂੰ ਦੱਸਿਆ ਹੀ ਨਹੀਂ। ਆ ਮਾੜਾ ਜਿਹਾ ਪਾਣੀ ਪਈ ਜਾਂਦਾ ਸੀ ਪੈਪ ਥਣੀ, ਤੇ ਏਸੀ ਦੇ ਨਾਲ ਹਨਾ ਆਉਂਦੇ, ਤੇ ਉਹ ਸਾਰਾ ਕੰਮ ਖਰਾਬ ਹੋ ਗਿਆ, ਐਲਈਡੀ ਖਰਾਬ ਹੋ ਗਈ, ਤੇ ਉਹ ਹੁਣ ਜ਼ਿਆਦਾ ਪੈਸੇ ਬਣਾਉਣ ਦੇ ਚੱਕਰਾਂ 'ਚ ਨਾ ਸਾਨੂੰ ਕਹਿੰਦੇ ਆ ਮਦਰ ਬੋਰਡ ਹੀ ਪੈਣਾ। ਮਦਰਬੋਰਡ ਇਦਾਂ ਥੋੜੀ ਪੈ ਜਾਊਗਾ, ਮਦਰਬੋਰਡ ਗੜੀ ਇੰਟਰਨਲ ਪ੍ਰੋਸੈਸਰ ਪਾ ਦੇ ਰਹੇ ਨੇ ਮੇਰੇ ਹਿਸਾਬ ਨਾਲ ਨਾ, ਉਹ ਵੱਤ ਵੱਤ ਦਾ ਫਿਊਜ਼ ਜਿਹਾ ਖਰਾਬ ਹੋਏ ਆ। ਨਹੀਂ ਉਹ ਮੈਂ ਵੇਖਿਆ ਸੀ ਖਰਾਬ ਜੰਗਾਲ ਲੱਗਾ ਸੀ ਸਾਰੇ, ਜਿੰਨੀਆਂ ਚੀਜ਼ਾਂ ਸੀ ਨਾ ਅੰਦਰ ਪਾਰਟਸ ਲੋਹੇ ਦੇ ਸਾਰੇ ਜੰਗਾਲੇ ਪਏ, ਤੇ ਹੁਣ ਜਾ ਕੇ ਮੈਂ ਵੇਖ ਕੇ ਆਣਾ ਫਿਰ ਮੈਨੂੰ ਆਪਣੇ ਪਰਸਨਲ ਦੇਖਣਾ। ਹੁਣ ਅਸੀਂ ਫਿਰ ਚੱਲੇ ਆ ਬਾਜ਼ਾਰ, ਤੇ ਜਾ ਕੇ ਵੇਖਦੇ ਆ, ਤੇ ਘੁੰਮ ਫਿਰ ਕੇ ਆਨੇ ਆ। ਇੱਕ ਟ੍ਰਿਪ ਕੈਨਸਲ ਕਰ ਲਿਆ ਮੁੰਡੇ ਨੇ, ਟ੍ਰਿਪ ਜਾਣਾ ਮੈਂ ਦੱਸਾਂਗਾ ਤੁਹਾਨੂੰ ਕੱਲ, ਤੇ ਚਲੋ ਫਿਰ ਚੱਲਦੇ ਆ ਬਾਜ਼ਾਰ, ਤੇ ਤੁਹਾਨੂੰ ਮਿਲਦੇ ਆ ਫਿਰ ਜਾ ਕੇ। ਤੇ ਆਪਾਂ ਇੱਥੇ ਮਾਰਕੀਟ 'ਚ ਆਏ ਸੀ, ਤੇ ਸਾਨੂੰ ਇੱਥੇ ਵੀ ਵਧੀਆ ਲੱਗਦਾ ਖਾਣ ਪੀਣ ਨੂੰ, ਸਾਰਾ ਕੁਝ ਡਰਟੀ ਡਰਟੀ ਜਾਂਦਾ ਜੰਕੀ ਹੁੰਦਾ, ਤੇ ਆਪਾਂ ਨਾ ਹੁਣ ਜਾ ਕੇ ਫਿਰ ਰੈਸਟੋਰੈਂਟ ਖਾ ਕੇ ਨਹੀਂ ਯਾਰ, ਹੈਂ रेस्टोरेंट आ गए आ, किधर चले मामा? अस्पताल नहीं जाना मैं, इधर रेस्टोरेंट च चलते हैं, अंदर जाके देखते हैं। केशव दा ढाबा चलिए अंदर, भीड़ ही बड़ी है, ਤੇ ਆਪਾਂ ਹੁਣ ਚੱਲੇ ਆ ਘਰ ਨੂੰ। ਇੱਥੇ ਤਾਂ ਭੀੜ ਹੀ ਬੜੀ ਆ, ਦੱਸਾਂ ਰੈਸਟੋਰੈਂਟ ਭਰਿਆ ਪਿਆ ਥੱਲੋ, ਜੇ ਤੁਸੀਂ ਵੇਖ ਸਕਦੇ ਆ ਕੂਲਰ ਉੱਲਰ ਕੇ ਆ ਰਹੇ, ਇੱਧਰ ਵੀ ਵੇਟਿੰਗ ਚੱਲ ਰਹੀ ਹੈ ਪੂਰੀ, ਸਾਰੇ ਕਿਤੇ ਵੇਟਿੰਗ ਚੱਲ ਰਹੀ ਹੈ। ਚਲੀਏ ਫਿਰ, ਚਲੋ ਚੱਲਣ ਵਾਲੀ ਗੱਲ ਕਰੀਏ ਹਨਾ, ਘਰ ਜਾ ਕੇ ਰੋਟੀ ਖਾ। ਯੈਲੋ ਦਾਲ ਬਣੀ ਹੈ ਉਹਦੇ ਨਾਲ ਰੋਟੀ ਖਾ, ਚਲਾਈ ਹੋਰ ਕਿਤੇ ਜਾਂਦੇ ਘੁੰਮ ਫਿਰ ਕੇ ਆਉਂਦੇ ਯਾਰ ਮਾੜਾ ਮੋਟਾ। ਤੁਸੀਂ ਰੈਸਟੋਰੈਂਟ ਦੇਖੇ ਹੋਣੇ ਕਈ ਬੰਦੇ ਸੜਕ ਤੇ ਖਲੋਤੇ ਆ ਕਿ ਨਹੀਂ? ਸੜਕ ਤੇ ਖਲੋਤੇ ਦੇ ਵਾਜਾ ਦਿੰਦੇ ਹੁੰਦੇ, ਆਜੋ 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 ਭਾਈ, ਤੇ ਇੱਥੇ ਵੇਲਾ ਥਾਂ ਨਹੀਂ ਹੋ ਗਈ ਬਹਿਣ ਦੀ। ਤੇ ਚਲੋ ਫਿਰ ਹੁਣ ਚੱਲਦੇ ਹਾਂ ਕਿਤੇ ਹੋਰ, ਕਈ ਹੋਰ ਜਾ ਕੇ ਢੂੰਡਦੇ ਹੈ ਜਗ੍ਹਾ। ਲੈ ਸ਼ੀਏ ਚਗੇ ਨੇ ਕਬਾਬ ਵਾਲਾ ਪੀਣਾ, ਕੈਰਮਲ ਕਰੀਮ ਕੈਰੀਬਲ ਦਿਓ ਜਰਾ ਕੇ, ਦੋ ਕੇ ਕੱਢੋ ਇਹਨੂੰ ਲੈ ਕੇ ਜਾਓ, ਮੈਂ ਅੱਗੇ ਵੀ ਉਹਨਾਂ ਨੇ ਕਿਹਾ ਆਈ ਜਲਦੀ ਨਹੀਂ ਮੇਕ ਮਾਈ ਸ਼ੇਪ ਤੇ ਜਾ ਕੇ ਅਸੀਂ ਆਰਡਰ ਕਰ ਰਹੇ ਹਾਂ। ਉਹ ਲੰਬੂ ਤੋਂ ਬੈਠਾ ਸਮਾਂਦਰੀ ਜੀ, ਉਹਨੂੰ ਮੈਨੂੰ ਹੋਸ਼ ਹੀ ਨਹੀਂ, ਉਹ ਸੁੱਤਾ ਹੀ ਹੈ, ਸੁੱਤਾ ਹੀ ਆ, ਉਹਨੂੰ ਇਹ 50 ਹੀ ਕਹਿੰਦਾ ਵਾਲਾ ਬਣਾ ਦੇ, ਪਰ ਉਹ ਨਹੀਂ ਸੁਣਨ ਜਾ ਰਹੀ। ਹੁਣ ਅਸੀਂ ਫਿਰ ਪਿੱਛੇ ਭਈਏ ਨੂੰ, ਸਿੱਧਾ ਭਈਏ ਨੂੰ ਆਰਡਰ ਜਾ ਕੇ ਮਾਰਿਆ, ਉਹਨੇ ਕੀਤਾ ਗਲਤੀ। ਇੱਧਰ ਮੋਮੋਸ ਵੀ ਹੈਗੇ ਨੇ, ਜੇ ਮੋਮੋਸ ਖਾਣੇ ਹੁੰਦੇ? ਨਹੀਂ ਆਪ ਨਹੀਂ ਖਾਣੇ ਮੋਮੋਸ, ਉੱਧਰ ਉਹ ਹੈ ਮਦਰਾਸੀ ਡੋਸਾ, ਮਦਰਾਸੀ, ਇੱਧਰ ਫਰਾਈਡ ਮੋਮੋਸ, ਪਰ ਉਹ ਡੋਸਾ ਜੋ ਹੁੰਦਾ, ਇੱਧਰ ਗੋਲਗੱਪੇ, ਉੱਧਰ ਕੁਲਫੀਆਂ, ਪਰ ਆਪਾਂ ਚੂਜ਼ ਕੀਤਾ ਹੈ ਇਹਨੂੰ ਇਕੱਲੇ ਨੂੰ। ਮੇਕ ਮਾਈ ਸ਼ੇਕ, ਅਤੇ ਆਪਾਂ ਜੂਸ ਲੈ, ਜੂਸ ਨਹੀਂ ਸ਼ੇਕ ਲੈ ਆਏ ਹਾਂ, ਬਹੁਤਾ ਹੀ ਸਵਾਦ ਹੈ, ਕਿਉਂਕਿ ਮੈਂ ਦੂਜੀ ਵਾਰੀ ਪੀਣ ਲੱਗਾ, ਪਿਛਲੀ ਵਾਰੀ ਵੀ ਪੀਤਾ ਹੀ ਬੜਾ ਸਵਾਦ ਲੱਗਾ, ਤੈਨੂੰ ਕਿਹੋ ਜਿਹਾ ਲੱਗਾ? ਠੀਕ ਆ, ਇੱਥੇ ਹੋਰ ਵੀ ਬੜਾ ਕੁਛ ਮਿਲਦਾ ਪਰ ਆਪਾਂ ਖਾਈਦਾ ਹੀ ਨਹੀਂ, ਬਸ ਇਹੋ ਜਿਹੀਆਂ ਚੀਜ਼ਾਂ ਥੋੜ੍ਹੀ ਹੈਲਦੀ ਹੈਲਦੀ ਜੀਆਂ, ਫਿਰ ਕਿ ਦੁੱਧ ਨਾਲ ਬਣਾਉਂਦਾ ਹੀ ਬੜਾ ਸਵਾਦ ਹੈ। ਅਤੇ ਆਪਾਂ ਹੁਣ ਖਾ ਪੀ ਲਿਆ, ਦੂਰੋਂ ਇੱਧਰੋਂ ਚੱਲੇ ਹਾਂ, ਖਾਣਾ ਕਿੱਧਰੋਂ ਪੀ ਪੀ ਲਿਆ, ਪੀ ਤਾਂ ਪੀ ਲਿਆ, ਅਤੇ ਹੁਣ ਇੱਧਰੋਂ ਵੀ ਜਾਵਾਂਗੇ ਬਾਹਰ ਨੂੰ, ਜੇ ਰਸਤਾ ਮਿਲ ਜਾਏਗਾ, ਥੋੜ੍ਹਾ ਜਿਹਾ ਰਸਤਾ ਹੈਗਾ ਜੀ ਮਜ਼ਾਕ ਦੇ ਤੌਰ 'ਤੇ ਹੀ। ਉਹ ਹੁਣ ਆਪਾਂ
ਚਲੋ ਜੀ ਚੱਲੇ ਆ ਘਰ ਨੂੰ ਹੁਣ ਫੋਨ ਵੀ ਆ ਗਿਆ ਸਾਨੂੰ ਘਰੋਂ ਤੇ ਘਰ ਜਾ ਕੇ ਫਿਰ ਤੁਹਾਨੂੰ ਮਿਲਦੇ ਆ ਨਾਲੇ ਡਿਨਰ ਵਿਖਾਣੇ ਤੁਹਾਨੂੰ ਅੱਜ ਕੀ ਬਣਾਇਆ ਮੈਂ ਕਿਹਾ ਸੀ ਮੈਂ ਘਰ ਜਾ ਕੇ ਦੱਸਾਂਗਾ ਇਹ ਪਹਿਲੇ ਦੱਸੀ ਜਾ ਰਿਹਾ ਤੇ ਆਪਾਂ ਹੁਣ ਕਿਤੇ ਜਾਣ ਦਾ ਪਲਾਨ ਬਣਾ ਰਹੇ ਹਾਂ ਉਹ ਹੀ ਤੁਹਾਨੂੰ ਦੱਸਾਂਗੇ ਹੁਣ ਜ਼ਰੂਰੀ ਜਲਦੀ ਜਲਦੀ ਮੇਰਾ ਹਾਲੇ ਪੱਕਾ ਨਹੀਂ ਆ ਕੰਮ ਦੇ ਸਿਲਸਿਲੇ ਦੇ ਵਿੱਚ ਬਿਜ਼ੀ ਚੱਲ ਰਿਹਾ ਮੈਂ ਨਹੀਂ ਨਹੀਂ ਮੈਂ ਤਾਂ ਜਾਵਾਂਗਾ ਜੀ ਕਿਉਂਕਿ ਫਿਰ ਇਹਨਾਂ ਨੂੰ ਫਿਰ ਕੋਈ ਨਾ ਕੋਈ ਵੀਡੀਓ ਤੇ ਦੇਣੀ ਆ ਨਾ ਘਰ ਦੀਆਂ ਵੀਡੀਓ ਕਿੰਨੀਆਂ ਕਿ ਦੇਰ ਚੱਲਦੀਆਂ ਰਹਿਣਗੀਆਂ ਪਬਲਿਕ ਨੂੰ ਕੰਟੈਂਟ ਚਾਹੀਦਾ ਪਬਲਿਕ ਨੂੰ ਨਵੀਂ ਨਵੀਂ ਵੀਡੀਓ ਦਵਾਂਗੇ ਕਿਹੜੀ ਗੱਲ ਬਣੇਗੀ ਇਸ ਕਰਕੇ ਮੈਂ ਕਹਿ ਰਿਹਾ ਕਿ ਕੋਈ ਬਹੁਤ ਸੁਹਾਵਣੇ ਮੌਸਮ ਉੱਥੇ ਪਹਾੜੀ ਇਲਾਕੇ ਪਹਾੜੀ ਇਲਾਕਾ ਬਹੁਤ ਬੋਲ ਕੇ ਸਕੀਮੇ ਬਤਾ ਦੇ ਪਹਾੜੀ ਇਧਰ ਅਸੀਂ ਜਾ ਰਹੇ ਹਾਂ ਮੰਦਿਰ ਵਾਲੀ ਗਲੀ ਚੋਂ ਬਾਹਰ ਨੂੰ ਤੇ ਆਪਾਂ ਹੁਣ ਆ ਗਏ ਆ ਉੱਥੋਂ ਬਾਜ਼ਾਰ ਤੋਂ ਤੇ ਅੱਜ ਆਪਣੇ ਬਣੀਆਂ ਵਾ ਇੱਧਰ ਸੇਵੀਆਂ ਸੇਵੀਆਂ ਕਿ ਫੈਣੀਆਂ ਸੇਵੀਆਂ ਠੰਡੀਆਂ ਵਾ ਗਰਮ ਗਰਮ ਤੇ ਕੋਸੀਆਂ ਕੋਸੀਆਂ ਇਹਨਾਂ ਨੂੰ ਖਾਂਦੇ ਆ ਨਾਲ ਆਪਾਂ ਡਿਨਰ ਵੀ ਕਰਨਾ ਹਲੇ ਕਿਉਂਕਿ ਸਾਨੂੰ ਮਿਲਿਆ ਨਹੀਂ ਬਾਹਰੋਂ ਕੁਛ ਵੀ ਉਹ ਰੈਸਟੋਰੈਂਟ ਤੇ ਗਿਆ ਹੈ ਮਰਿਆ ਪਿਆ ਪੂਰਾ ਵਾਲੇ ਚ ਉੱਤੇ ਤੱਕ ਉੱਥੇ ਦੇ ਅਸਲੀ ਬੜੀ ਬਹੁਤ ਜ਼ਿਆਦਾ ਭੀੜ ਅਸੀਂ ਉੱਧਰ ਵੀ ਗਏ ਉੱਧਰ ਵੀ ਬੜੀ ਭੀੜ ਤੇ ਉਹ ਰੈਸਟੋਰੈਂਟ ਦਾ ਬੜਾ ਕੀ ਸੀਨ ਹੈਗਾ ਉੱਥੇ ਮਿਲਦੀ ਹੈ 150 ਰੁਪਏ ਦੀ ਥਾਲੀ ਤੇ 150 ਚ ਦੋ ਜਣੇ 150 ਚ ਦੋ ਜਣੇ ਵੀ ਖਾ ਸਕਦੇ ਆ ਤੇ ਇਸ ਕਰਕੇ ਆਪਾਂ ਕਹੇ ਥੋੜੀ ਥੋੜੀ ਉੱਥੋਂ ਖਾਣ ਨੇ ਬਾਕੀ ਘਰੇ ਆਏ ਖਾ ਲਾਂਗੇ ਪਰ ਉੱਥੇ ਮੈਂ ਕਹਿੰਦਾ ਖਲੋਣ ਦੀ ਥਾਂ ਨਹੀਂ ਹੈਗੀ ਪੰਜੀ ਟਾਈਮ ਨੇ ਉਹਦੇ ਵਿੱਚ ਹੈਗਾ ਉਹ ਤੇ ਤੁਸੀਂ ਵੀ ਜਾਣਾ ਤੇ ਤੁਸੀਂ ਵੀ ਬਾਹਰੋਂ ਘੁੰਮ ਫਿਰ ਕੇ ਆ ਸਕਦੇ ਜੇ ਮਿਲਦਾ ਹੀ ਨਹੀਂ ਕੁਛ ਵੀ ਉੱਥੇ ਤੇ ਹੁਣ ਅਸੀਂ ਭੀੜ ਬੜੀ ਜ਼ਿਆਦਾ ਅੱਜ ਵੈਸੇ ਵੀ ਐਤਵਾਰ ਹੈਗਾ ਤਾਂ ਕਰਕੇ ਭੀੜ ਥੋੜੀ ਜਾ ਰਹੀ ਹੈ ਹੁਣ ਫਿਰ ਅਸੀਂ ਡਿਨਰ ਕਰਾਂਗੇ ਡਿਨਰ ਦੇ ਨਾਲ ਚੌਲ ਖਾਣੇ ਹਾਂ ਰੁੱਖੀ ਮਿੱਸੀ ਚੌਲ ਤੇ ਦਾਲ ਖਾ ਲਾਂਗੇ ਫਿਰ ਹੋ ਜੀ ਡਿਨਰ ਵਿੱਚ ਹੈ ਦਾਲ ਚਾਵਲ ਤੇ ਦਾਲ ਚੌਲ ਖਾਵਾਂਗੇ ਤੇ ਫਿਰ ਨਾਲ ਸੇਵੀਆਂ ਸੇਵੀਆਂ ਖਾ ਲਾਂਗੇ ਇੱਧਰ ਆਪਣੀ ਰੋਟੀ ਆ ਗਈ ਹੈ ਹੈਗੀ ਆ ਸਬਜ਼ੀ ਤੇ ਹੈਗੀ ਦਾਲ ਚੌਲ ਤੇ ਇਹਨੂੰ ਖਾਂਦੇ ਹਾਂ ਅੱਜ ਤੇ ਗਾਈਜ਼ ਹੁਣ ਮੈਂ ਡਿਨਰ ਕਰ ਲਿਆ ਵਾ ਤੇ ਇਸ ਵੀਡੀਓ ਨੂੰ ਆਪਾਂ ਖਤਮ ਕਰਦੇ ਹਾਂ ਤੇ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਹੁਣ ਨਵੇਂ ਨਵੇਂ ਪਲਾਨ ਕਰਨੇ ਆ ਆਪਾਂ ਟੂਰ ਜਾਣ ਦੇ ਘੁੰਮਣ ਫਿਰਨ ਤੇ ਉਹ ਜਲਦੀ ਤੁਹਾਨੂੰ ਦੱਸਾਂਗੇ ਅੱਗੋਂ ਤੇ ਤੁਸੀਂ ਬਣੇ ਰਹੋ ਚੈਨਲ ਦੇ ਨਾਲ ਤੇ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ 'ਚ ਟਿਲ ਦੈਨ ਬਾਏ ਬਾਏ ਟੇਕ ਕੇਅਰ।